ਸਲਾਮ ਅਲੈਕੁਮ ਜੀ ਆਪਣਾ ਮਕਈਦਾ ਵਿਜ਼ਟ ਹੈਗਾ ਸੀ ਹਾਈਬ੍ਰਿਡ ਮੱਕੀ ਇਹਦੇ ਵਿੱਚ ਵੈਰਾਈਟੀਆਂ ਹੁੰਦੀਆਂ ਆ ਜਿਹੜਾ ਤੁਹਾਡੇ ਮੌਸਮ ਤੇ ਡਿਪੈਂਡ ਕਰਦੀਆਂ ਆ ਕਿ ਉਹ ਜਿਹੜੀ ਵੈਰਾਈਟੀ ਆ ਤੁਸੀਂ ਕਿਸ ਵਕਤ ਲਗਾਨੀ ਆ ਉਹਦਾ ਟਾਈਮ ਪੀਰੀਅਡ ਕਿੰਨਾ ਆ ਮਹੀਨਾ ਆ ਡੇਢ ਮਹੀਨਾ ਆ ਜਾਂ ਉਹਦਾ ਦੂਸਰਾ ਕਿਦੋਂ ਤੱਕ ਉਹਦੀ ਕਾਸ਼ਤ ਹੋਣੀ ਆ ਡਬਲ ਕਰਾਸ ਸਿੰਗਲ ਕਰਾਸ ਆ ਜਿਹੜੀ ਵੀ ਆ ਲੇਕਿਨ ਇਹਦੀ احتیاطੀ ਤਦਬੀਰਾਂ ਇਹ ਹੀ ਹੁੰਦੀਆਂ ਆ ਕਿ ਇਹਦੇ ਵਿੱਚ ਗੰਦ ਵਾਲੀ ਸਪਰੇ ਮੇਨ ਚੀਜ਼ ਹੋਰ ਤੋਂ ਬਾਅਦ ਇਹਦਾ ਵਿੱਚ ਹੁੰਦਾ ਆ ਸੁੰਡੀ ਵਾਲੀ ਸਪਰੇ ਹੋਰ ਤੋਂ ਬਾਅਦ ਇਹਦਾ ਜਾ ਕੇ ਅੱਗੋਂ ਫਿਰ ਪोटाश ਦਾ ਟਾਈਮ ਜ਼ਿੰਕ ਦਾ ਟਾਈਮ ਇਹ ਚੀਜ਼ਾਂ ਨੂੰ ਸਿਰਫ ਮੇਨ ਆਪਣਾ ਜ਼ਿਹਨ ਵਿੱਚ ਰੱਖਣਾ ਤਾਂ ਤਿੰਨ ਚਾਰ ਚੀਜ਼ਾਂ ਹੁੰਦੀਆਂ ਬਸ ਮੱਕੀ ਦੀਆਂ ਕਿ ਅਸੀਂ ਉਥੇ ਸਪਰੇਵਾਂ ਕਿਹੜੀਆਂ ਕਰਨੀਆਂ ਕਿਸ ਟਾਈਮ ਕਰਨੀਆਂ ਤੇ ਕਿਹੜੇ ਪੁਆਇੰਟ ਤੇ ਕਰਨੀਆਂ ਹੁਣ ਭਾਈ ਉਹਨਾਂ ਨੇ ਕੀਤੀ ਆ ਮੇਰੇ ਖਿਆਲ ਗੰਦ ਵਾਲੀ ਐਪਲੀਕੇਸ਼ਨ ਨਹੀਂ ਕੀਤੀ ਵਿੱਚ ਹੈਗਾ ਗੰਦ ਕਾਫੀ ਦੇਖੋ ਗੰਦ ਹੈਗਾ ਆ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਮੇਨ ਜਿਹੜਾ ਆਪਣਾ ਕੰਟਰੋਲ ਕੀਤਾ ਹੈਗਾ ਉਹਦਾ ਦਾਨੇਦਾਰ ਦਾ ਰਿਪੀਟ ਸਪਰੇਅ ਦਾ ਕੀਤਾ ਆਇਆ। ਇਹ ਸਟੇਜ ਦੇ ਉੱਤੇ ਦਾਨੇਦਾਰ ਫੁੱਟ-ਫੁੱਟ ਦੇ ਲਾਗੇ ਜਦੋਂ ਹੋ ਜੇ। ਦਾਨੇਦਾਰ ਦੀ ਐਪਲੀਕੇਸ਼ਨ ਜਿਹੜੀ ਆਪਣੀ ਰਿਪੀਟ لازਮੀ ਰਿਪੀਟ ਕੀ ਪਹਿਲੀ ਡੋਜ਼ ਹੁੰਦੀ ਆ। ਸੁੰਡੀ ਵਾਲੀ ਸਪਰੇਅ ਕਰੀਦੀ ਆ ਤੇ ਨਾਲ ਦਾਨੇ ਵਾਲੀ ਜਿਹੜੀ ਉਹ ਰਿਪੀਟ ਕਰੀਦੀ ਵਿੱਚ ਉਹ ਉੱਤੇ ਜਾ ਕੇ ਕਰੀਦੀ 4-4 ਸਾਢੇ 4 ਫੁੱਟ ਦੇ ਲਾਗੇ ਇੱਕ ਕਰੀਦੀ ਹੁੰਦੀ ਆ 10 ਇੰਚ ਇੱਕ ਫੁੱਟ ਦੇ ਲਾਗੇ। ਹੁਣ ਇਹਨਾਂ ਭਈਆਂ ਨੇ ਜਿਹੜੀ ਵਿੱਚ ਦਾਨੇਦਾਰ ਯੂਜ਼ ਕੀਤੀ ਆ ਤੁਹਾਨੂੰ ਚੈੱਕ ਵੀ ਕਰਵਾਨੇ ਆ ਕਿਉਂਕਿ ਹਲਕੀ ਜਿਹੀ ਆ ਦੇਖੋ। ਦਾਨੇਦਾਰ ਯੂਜ਼ ਐਪਲੀਕੇਸ਼ਨ ਹੋਈ ਵਿੱਚ ਇਹ ਬਹੁਤ ਹੀ ਅੱਛਾ ਕੰਮ ਆ ਇਹ ਕ੍ਰੋਮਲੀਆਂ ਦੇ ਵਿੱਚ ਉਹਨਾਂ ਨੇ ਦਾਨੇਦਾਰ ਪੁਆਈ ਆ ਤਾਂ ਕਿ ਇਹਨਾਂ ਦੇ ਵਿੱਚ ਇਨਸੈਕਟ ਜੇ ਇਸ ਤਰ੍ਹਾਂ ਮੰਡੇ ਬੱਚੇ ਦਿੰਦਾ ਆ ਉਹਦੇ ਨਾਲ ਇਹ ਚੀਜ਼ ਹੁੰਦਾ ਹੈ ਕਿ ਵਿੱਚ ਜਿਹੜੀ ਸੁੰਡੀ ਬਣੀ ਸ਼ੁਰੂ ਹੋ ਜਾਂਦੀ ਉਹ ਸੁੰਡੀ ਸਾਨੂੰ ਉਹ ਸੂਰਤ ਨਜ਼ਰ ਆਣੀ ਆ ਕਿ ਜਦੋਂ ਉਹਦਾ ਸਾਈਜ਼ ਜਿਹੜਾ ਗਰੋ ਅਪ ਹੋ ਜਾਣਾ ਵੱਡਾ ਹੋ ਜਾਣਾ ਆ ਉਸ ਟਾਈਮ ਅਸੀਂ ਫਿਰ ਜਾਣੇ ਦੁਕਾਨ ਦੇ ਉੱਤੇ ਸਪਰੇਅ ਲੈਣ ਉਹ ਸਪਰੇਅਾਂ ਜਿਹੜੀ ਉਹ ਕੰਮ ਹੀ ਨਹੀਂ ਕਰਦੀਆਂ ਕਿਉਂਕਿ ਸਾਡਾ ਸਪਰੇਅ ਕਰਨ ਦਾ ਤਰੀਕਾਕਾਰ ਹੈ ਕਿ ਅਸੀਂ ਕਿੱਲੇ ਨੂੰ ਤਿੰਨ ਟੈਂਕੀਆਂ ਚਾ ਟੈਂਕੀਆਂ ਬਣਾ ਕੇ ਮਾਰ ਦੇਣੀ ਆ ਅੱਠ ਸਰਾਖ ਫੁਆਰੇ ਲਾਏ ਹੁੰਦੇ ਨੇ ਸਪਰੇ ਦਾ ਬੜਾ ਅਹਿਮ ਰੋਲ ਹੁੰਦਾ ਆ ਕਿ ਜਿਹੜਾ ਸਪਰੇ ਤੁਸੀਂ ਕਰਨੀ ਆ ਨਾ ਕਾਟ ਆਲਾ ਫੁਆਰਾ ਲੈਣਾ ਚਾਹੀਦਾ ਇਹ ਜਿਹੜੀ ਅੰਦਰ ਕਰੂਮਲੀ ਹੁੰਦੀ ਆ ਇਹ ਜਿਹੜੀ ਅੰਦਰ ਕਰੂਮਲੀ ਜਿਹੜੀ ਹੁੰਦੀ ਆ ਇਹਦੇ ਵਿੱਚ ਜਿਹੜੀ ਸਪਰੇ ਜਾਨੀ ਚਾਹੀਦੀ ਕਿਉਂਕਿ ਇਨਸੈਕਟ ਕੀੜਾ ਇਹਦੇ ਅੰਦਰ ਬੈਠਾ ਹੁੰਦਾ ਆ ਅੰਡਾ ਬੱਚਾ ਇਹਦੇ ਅੰਦਰ ਹੁੰਦਾ ਆ ਉਹ ਫੇਰ ਹੀ ਇਹਦੇ ਨਾਲ ਮਰਨਾ ਆ ਤਾਂ ਕਿ ਜ਼ਹਿਰ ਅੰਦਰ ਜਾਵੇ ਜਿਹੜੀ ਵਿੱਚੋਂ ਕਰੂਮਲੀ ਖਾਲੀ ਨਿਕਲ ਜਾਏਗੀ ਉਹਦੇ ਵਿੱਚ ਅਗਰ ਅੰਡਾ ਬੱਚਾ ਹੈਗਾ ਆ ਤਾਂ ਉੱਥੇ ਅਟੈਕ ਸੁੰਡੀ ਦਾ ਆ ਜਾਂਦਾ ਹੁੰਦਾ ਹੈ ਮਾਸ਼ਾਅੱਲਾ ਬਹੁਤ ਹੀ ਅੱਛੀ ਮਕਈ ਹੈ ਭਾਈ ਦੀ ਸਪਰੇ ਜਿਹੜੀ ਉਹਨਾਂ ਨੇ ਕਰਵਾਈ ਆ ਗੰਦਾਲੀ ਵੀ ਹੋਈ ਹੈ ਇਹਦੇ ਵਿੱਚ 1 ਏਕੜ 'ਚ ਗੰਦਾਲੀ ਹੋਈ 1 ਏਕੜ 'ਚ ਨਹੀਂ ਹੋਈ ਇਹ ਗੰਦ ਮਰਿਆ ਵਿੱਚ ਇਹ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਦੇਖੋ ਇਹ ਗੰਦ ਮਰਿਆ ਵਿੱਚੋਂ ਗੰਦ ਮਰਿਆ ਆ ਲੇਕਿਨ ਉੱਤੇ ਜਿਹੜੀ ਉਹਨਾਂ ਨੇ ਉਹ ਵੀ ਕਰਵਾ ਦਿੱਤੀ ਆ ਟਾਈਮ ਦੇ ਨਾਲ ਸਪਰੇ ਵਗੈਰਾ ਜਿਹੜੀ ਦਾਨੇਦਾਰ ਉਹ ਵੀ ਫਲੱਡ ਕੀਤੀ ਥੱਲੇ ਸਲਫਰ ਫਲੱਡ ਕੀਤਾ ਆ ਹੁ ਮੈਕਿਸੜ ਥੱਲੇ ਫਲੱਡ ਕੀਤਾ ਆ ਮਤਲਬ ਕਿ ਅੱਛੀ ਉਹਦੀ ਦੇਖਭਾਲ ਕੀਤੀ ਆ ਖੁਰਾਕ ਅੱਛੀ ਦਿੱਤੀ ਆ ਹਰ ਚੀਜ਼ ਨੂੰ ਟਾਈਮ ਪੀਰੀਅਡ ਦੇ ਨਾਲ ਚੱਲਿਆ ਆ ਇਹ ਦੇਖੋ ਦਾਨੇਦਾਰ ਦੇ ਵਿੱਚ ਪਿਆ ਆ ਦਾਨੇਦਾਰ ਜਿਹੜੀ ਵਿੱਚ ਪਈ ਆ ਇਹ ਦਾਨੇਦਾਰ ਜਿਹੜੀ ਉਹਨਾਂ ਨੇ ਵਿੱਚ ਐਪਲੀਕੇਸ਼ਨ ਇਸਤੇਮਾਲ ਕੀਤੀ ਆ ਤਾਂ ਕਿ ਕੀੜਾ ਸ਼ੀੜਾ ਜਿਹੜਾ ਵਿੱਚ ਅਟੈਕ ਹੋਵੇ ਉਹ ਨਾ ਹੋਵੇ ਅਗੋਂ ਕਿਉਂਕਿ ਮੌਸਮ ਠੰਡਾ ਗਰਮ ਹੁੰਦਾ ਪਿਆ ਟੈਂਪਰੇਚਰ ਬੜਾ ਅਪ ਡਾਊਨ ਹੋਣਦੇ ਆ ਉਹ ਜਿਸ ਤਰ੍ਹਾਂ ਅਪ ਡਾਊਨ ਹੋਏਗਾ ਉਹਦੇ ਵਿੱਚ ਕੀੜੇ ਦਾ ਅਟੈਕ ਬੜਾ ਜ਼ਿਆਦਾ ਹੁੰਦਾ ਹੈ ਕੋ ਫਰੂਟ ਫ्लाई ਆਨ ਲਾਪੇਨੀ ਆ ਸਫੇਦ ਮੱਖੀ ਆਨ ਲਾਪੇਂਦੀ ਫਸਲਾਂ ਉਤੇ ਲੇਕਿਨ ਉਹਦਾ ਸਭ ਤੋਂ ਹੱਲ ਇਹ ਹੁੰਦਾ ਹੈ ਕਿ ਟਾਈਮ ਪੀਰੀਅਡ ਦੇ ਨਾਲ ਆਪਣੀ ਫਸਲ ਦੇ ਉਂ ਇहतਿਆਤ ਦੇ ਨਾਲ ਚਲਾਓ ਇੱਕ ਇੱਕ ਦਾਣੇਦਾਰ ਪੈਣੀ ਹੈ ਇੱਕ ਇੱਕ ਉਰਤੇ ਜਾ ਕੇ ਤੁਹਾਡੀ ਤਕਰੀਬਨ ਜਦੋਂ 4 ਫੁੱਟ ਦੇ ਲਾਗੇ ਹੋ ਜਾਣੀ ਆ 5 ਫੁੱਟ ਦੇ ਲਾਗੇ ਇੱਕ ਇੱਕ ਦਾਣੇਦਾਰ ਉਦੋਂ ਪੈਣੀ ਆ ਆਪਣੀ ਜਿਹੜੀ ਫਸਲ ਦੇ ਵਿੱਚ ਦੋ ਵਾਰੀ ਦਾਣੇਦਾਰ ਇਸਤੇਮਾਲ ਕਰੋਗੇ ਤਾਂ ਉਹ ਪੱਕ ਛੇਤੀ ਜਾਏਗੀ ਮਲਿਕ ਉਹਦਾ ਜਿਹੜਾ ਟਾਈਮ ਪੀਰੀਅਡ ਹੋਏਗਾ ਉਹ ਅੱਛਾ ਗੁਜ਼ਰ ਜਾਏਗਾ ਪੌਦਾ ਹੈਲਥੀ ਹੋਏਗਾ ਗਰੋਥ ਅੱਛੀ ਹੋਏਗੀ ਬਾਕੀ ਜੇ ਇਸ ਨੂੰ ਮੈਨੂੰ ਛੱਲੀ ਲਗਣੀ ਹੈ ਹਲਕੀ ਹਲਕੀ ਉਹਦੋਂ ਇਹਨੂੰ ਥੱਲੇ ਪੋਟਾਸ਼ ਉਹ ਚੀਜ਼ ਇਸਤੇਮਾਲ ਕਰਨੀ ਨਾਲ ਨਾਈਟਰੋ ਫਾਸਟ ਇਸਤੇਮਾਲ ਕਰੋ ਤਾਂ ਕਿ ਸਿੱਟੇ ਦਾ ਜਿਹੜਾ ਸਾਈਜ਼ ਦਾਣਾ ਮੋਟਾ ਫੁੱਲ ਕੇ ਅੱਛਾ ਗਰੋ ਅਪ ਹੋ ਜਾਏਗਾ ਸ਼ੁਕਰੀਆ ਜੀ